ਹਾਂਜੀ ਦੋਸਤੋ ਆਪਾਂ ਸਰਜੀਤ ਟੈਕ ਇੰਡਸਟਰੀ ਅੰਦਰ ਆ ਗਏ ਤੇ ਆਪਾਂ ਨਾਲ ਇਨਫੋਰਮੇਸ਼ਨ ਜਾਣ ਕਰ ਲੈਂਦੇ ਆ। ਹਾਂਜੀ ਸਰ ਕਿਉਂਕਿ ਜਾਣਕਾਰੀ ਜੀ ਕੀ ਕਰਕੇ ਹੁੰਦਾ ਜੀ ਉਰੇ ਸਾਡੇ ਇੱਥੇ ਜੱਕ ਬੰਦੇ ਹਾਈਡ੍ਰੋਲਿਕ ਜੱਕ ਬੰਦੇ ਜੀ ਅੱਛਾ ਜੀ ਕਿੰਨੇ ਟਨ ਦੇ ਹੁੰਦੇ ਜੀ ਇਹ ਇੱਥੇ ਆ ਜੀ 25 ਟਨ ਤੋਂ ਲੈ ਕੇ 100 ਟਨ ਤੱਕ ਅੱਛਾ ਜੀ ਜਿਹੜੇ ਕਿ ਮੈਨੂੰ ਇਹ ਤਿਆਰ ਹੋਏ ਹੋਏ ਹਾਂ ਹਾਂਜੀ ਹਾਂਜੀ ਇਹ ਤਿਆਰ ਕੀਤੇ ਆ ਜੀ ਹਾਂਜੀ ਹਾਂਜੀ ਇਹ ਤਿਆਰ ਹੋਈ ਜਾਂਦੇ ਆ ਜੀ ਮਤਲਬ ਕਿੰਨੇ ਟਨ ਦਾ ਹੋਊਗਾ ਜੀ ਇਹ 50 ਟਨ ਦਾ ਜੀ ਇਹ 50 ਟਨ ਦਾ ਜੀ ਹਾਂਜੀ ਜਿਹੜੇ ਆ ਵੀ ਉਹ 50 ਵੀ 50 ਟਨ ਇਹ ਆਏ 100 ਟਨ ਦਾ ਜੀ ਆ ਇਹ 100 ਟਨ ਦਾ ਜੀ ਹਾਂਜੀ ਹਾਂਜੀ ਤੇ ਜਿਹੜਾ ਇਹ ਮੇਰੇ ਇਹ 80 ਟਨ ਦੇ ਜੀ ਹਾਂਜੀ ਇਹ ਤਾਂ ਕੋਈ ਛੋਟੇ ਵੀ ਹੁੰਦੇ ਨਹੀਂ ਛੋਟੇ ਛੋਟੇ ਵੀ ਹੁੰਦੇ ਛੋਟੇ ਆਸ ਹੈਗਾ ਬਾਹਰ ਲੈ ਕਾਪਾ ਛੋਟਾ ਟਾਇਰ ਆ ਪਰਲੇ ਪਾਸੇ ਇਹ 5 ਟਨ ਦਾ ਜੀ ਇਹ ਕਿੰਨੇ ਦਾ ਜੀ 5 ਟਨ ਦਾ ਜੀ ਹਾਂਜੀ ਹਾਂਜੀ CNC ਤੋਂ ਤੁਸੀਂ ਆਪਣਾ ਪ੍ਰੋਡਕਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦਾ CNC ਦਾ ਕੰਮ ਹੁੰਦਾ ਬਹੁਤ ਵਧੀਆ ਤੇ ਤੁਸੀਂ ਦੇਖ ਸਕਦੇ ਹੋ ਜਿੱਦਾਂ ਇਹਨਾਂ ਜੈਕ ਵੱਲੋਂ ਕੰਮ ਕੀਤਾ ਜਾ ਰਿਹਾ CNC ਦਾ ਜੋ ਬਹੁਤ ਹੀ ਸੋਹਣੀ ਦਿਖਾਈ ਤਿਆਰ ਕੀਤਾ ਜਾਂਦਾ ਹੈ। ਠੀਕ ਹੈ ਜੀ ਤੇ ਵਾਹ ਜੀ ਵਾਹ ਜੀ ਸਰ ਦੋਸਤੋ ਜੈਕ ਹੀ ਜੈਕ ਪਾਏ ਨੇ ਤਿਆਰ ਕਰੇ ਤੇ ਸਾਰਾ ਹੈਵੀ ਡੋਟੀ ਲੋਹੇ 'ਚ ਤਿਆਰ ਕੀਤਾ ਜਾਂਦਾ ਮਾਲ ਜੀ ਜਿੱਦਾਂ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਬਾਈ ਤਿਆਰ ਕਰ ਲੱਗੇ ਨੇ ਜੈਕ ਤੇ ਬਹੁਤ ਹੀ ਸਫਾਈ ਨਾਲ ਤਿਆਰ ਕੀਤੇ ਜਾਂਦੇ ਨੇ ਜੀ ਬਹੁਤ ਹੀ ਸਫਾਈ 'ਚ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸਫਾਈ 'ਚ ਤਿਆਰ ਕੀਤੇ ਜੈਕ ਨੇ ਤੇ ਇੱਦਾਂ ਜਿੱਦਾਂ ਕੰਮ ਹੋ ਰਿਹਾ ਅਤੇ ਲੋਹਾ ਦੇਖ ਸਕਦੇ ਹੋ ਤਾਂ ਜੁੱਤੇ ਦਾ ਪੂਰਾ ਹੈਵੀ ਕਾਰਬਨ ਦਾ ਲੋਹਾ ਲੱਗਿਆ ਜਿਹਨੂੰ ਕਾਰਨ ਜੈਕ ਵਿੱਚ ਯੂਜ਼ ਕੀਤਾ ਜਾਂਦਾ ਹੈ ਅਤੇ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਖਾਦ 'ਤੇ ਕੰਮ ਕੀਤਾ ਜਾਂਦਾ ਬਹੁਤ ਸੋਹਣੇ ਦਿੱਕ ਵਿੱਚ ਠੀਕ ਹੈ ਜੀ ਅਤੇ ਇਸ ਮੈਂ ਦਿਖਾਉਣਾ ਚਾਹੁੰਦਾ ਵੀ ਕਿੱਦਾਂ ਤਿਆਰ ਹੁੰਦਾ ਅਤੇ ਤੁਸੀਂ ਦੇਖ ਸਕਦੇ ਹੋ ਦੋਸਤੋ ਵੀ ਬਹੁਤ ਵਧੀਆ ਬੈਲਟ ਕੰਮ ਕੀਤਾ ਜਾਂਦਾ ਸਰ ਅੱਜ ਤੱਕ ਤਿਆਰ ਕੀਤੇ ਪਏ ਨੇ ਤੁਸੀਂ ਦੇਖ ਸਕਦੇ ਹੋ ਜੀ ਠੀਕ ਹੈ ਜੀ ਅਤੇ ਇੱਦਾਂ ਕਰਾ ਕੇ ਇਹਦਾ ਸਾਈਜ਼ ਬਣਾਇਆ ਜਾਂਦਾ ਹੈ ਜੋ ਬਹੁਤ ਵਧੀਆ ਸਾਈਜ਼ ਠੀਕ ਹੈ ਜੀ ਅਤੇ ਬਹੁਤ ਜ਼ਿਆਦਾ ਹੈਵੀ ਹੈ ਅਤੇ ਤੁਸੀਂ ਦੇਖ ਸਕਦੇ ਹੋ ਜੈਕ ਵੀ ਜੈਕ ਪਏ ਨੇ ਜੀ ਅਤੇ ਦੋਸਤੋ ਜੇ ਤੁਸੀਂ ਜੈਕ ਲੈਣਾ ਚਾਹੁੰਦੇ ਹੋ ਜੇ ਤੁਸੀਂ ਜੈਕ ਲੈਣਾ ਚਾਹੁੰਦੇ ਇਹਨਾਂ ਦੇ ਕੰਟੈਕਟ ਨੰਬਰ ਵੀਡੀਓ ਦੇ ਨੀਚੇ ਮਿਲ ਜਾਣਗੇ ਤੁਸੀਂ ਜੈਕ ਵੀ ਲੈ ਸਕਦੇ ਹੋ ਜੀ ਹਰ ਪ੍ਰਕਾਰ ਦਾ ਜੈਕ ਮਿਲ ਜੂਗਾ ਠੀਕ ਹੈ ਜੀ ਹਰ ਟਨ ਦਾ 35 ਦਾ ਜੀ 50 ਦਾ 100 ਦਾ ਵੱਧ ਦਾ ਵੀ ਮਿਲ ਜੂਗਾ ਜੀ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਅਤੇ ਵੀਡੀਓ ਕਿਵੇਂ ਲੱਗੀ ਜ਼ਰੂਰ ਉਸ ਤੋਂ ਜ਼ਰੂਰ ਦੱਸਿਓ ਅਤੇ ਨਵੀਂ ਆਰਮੀ ਜਾਣ ਕਰ ਲਈ ਵਿਸ਼ਕਰਮਾ ਦਲਬਾ ਯੂਟਿਊਬ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਧੰਨਵਾਦ।